ਉਹ ਮੈਨੂੰ ਅਹਿਸਾਸ ਹੁੰਦਾ ਯਾਰ ਨਾ, ਬੰਦਾ ਦਿਲੋਂ ਜਿਵੇਂ ਨਾ ਮਜਬੂਰ ਹੋ ਜਾਂਦਾ ਕਿ ਯਾਰ ਚੱਲ ਕਰੀਏ। ਲੇਕਿਨ ਰਾਤ ਦੇ ਤਕਰੀਬਨ 7 ਵੱਜ ਗਏ ਨੇ, ਮਿਸਤਰੀ ਥੋੜ੍ਹਾ ਜਿਹਾ ਲੇਟ ਆਇਆ ਸੀ, ਬਲਕਿ ਅਸੀਂ ਮਸਾਲਾ ਵਗੈਰਾ ਥੋੜ੍ਹਾ ਬਹੁਤਾ ਲੇਟ ਬਣਾਇਆ ਸੀ ਅਤੇ ਲਾਈਟਾਂ ਬਾਲੀਆਂ ਹੋਈਆਂ, ਲੇਕਿਨ ਇੰਨੀਆਂ ਲਾਈਟਾਂ ਨਾਲ ਗੁਜ਼ਾਰਾ ਨਹੀਂ ਹੁੰਦਾ। ਫਿਰ ਵੱਡੀ ਲਾਈਟ ਜਿਹੜੀ ਨਾ ਉਹਦੇ ਘਰ ਦੀ ਲਾਹ ਕੇ ਲੈ ਆਉਂਦੀ ਆ, ਅਤੇ ਮਸਾਲਾ ਵਗੈਰਾ ਬਸ ਅਸੀਂ ਉਹਨੂੰ ਖਤਮ ਕੀਤੀ ਬੈਠੇ ਹਾਂ ਹੁਣੀ ਸਮੇਂ ਕਰਲੇ ਤਕਰੀਬਨ ਟਾਈਮ ਮੇਰੇ ਖਿਆਲ ਪਤਾ ਨਹੀਂ ਕਿੰਨਾ ਹੋ ਗਿਆ ਤੁਹਾਨੂੰ ਦਿਖਾਉਂਦੇ ਹਾਂ। ਔਰ ਕੰਮ ਅਸੀਂ ਜਿਹੜਾ ਹੈਗਾ ਨਾਲ ਹਮਦਲਾ ਖਿੱਚੀ ਖੜੇ ਹਾਂ, ਨਾਲ ਮੈਂ ਵੀ ਲੱਗਿਆ ਹੋਇਆ ਸੀ, ਮੈਂ ਕਿਹਾ ਥੋੜ੍ਹਾ ਬਹੁਤਾ ਨਾ ਵਲਾਗ ਬਣਾ ਲਈਏ, ਫਿਰ ਜਿਹੜਾ ਹੈਗਾ ਨਾ ਕਰਦੇ ਹਾਂ। ਇਹ ਸਾਈਡ ਮੁਕੰਮਲ ਹੋਈ ਖੜੀ ਆ, ਇਹ ਸਾਈਡ ਸਿਰਫ ਰਹਿ ਗਈ ਆ, ਸ਼ੁਕਰ ਹੈ ਕਿ ਬਿਜਲੀ ਟਿਕੀ ਹੋਈ ਆ। ਐਮਰਜੈਂਸੀ ਸਾਨੂੰ ਇਹ ਕੰਮ ਕਰਨਾ ਪਿਆ ਕਿਉਂਕਿ ਨਾ ਸੁਬਹ ਛੱਤ ਵਗੈਰਾ ਪੈਣੀ ਹੈ ਅਤੇ ਅੱਜ ਥੋੜ੍ਹਾ ਕੰਪਲੀਟ ਹੋ ਜਾਵੇਗਾ। 2-3 ਮੈਨੂੰ ਨਾ ਕਾਫੀ ਜ਼ਰੂਰੀ ਕੰਮ ਨੇ, ਮੈਂ ਜਾਣਾ ਵੀ ਲਾਜ਼ਮੀ ਹੈ, ਹੋ ਸਕਦਾ ਦੰਮੀ ਪਰਸੋਂ ਜਿਹੜਾ ਹੈਗਾ ਨਾ ਨਿਕਲਾਂ, ਬਲਕਿ ਮੈਂ ਜਾਣਾ ਕਿਤੇ, ਮੈਂ ਅੱਜ ਉੱਧਰ ਹੀ ਜਾਣਾ ਹੈ, ਉਹ ਮੁੰਡੇ ਕੋਲ ਚੱਲ ਕੇ ਪੁੱਛਣਾ, ਟਾਈਮ ਬਣਾਉਂਦੇ ਹਾਂ ਨਿਕਲਦੇ ਹਾਂ ਫਿਰ, ਅਤੇ ਨਾਲ ਤੁਹਾਡੀ ਮੁਲਾਕਾਤ ਵੀ ਕਰਾਵਾਂਗਾ ਕਿ ਮੈਂ ਕਿਹੜੇ ਕੰਮਾਂ ਨੂੰ ਜਿਹੜਾ ਹੈਗਾ ਨਾ ਪਿਆ ਫਿਰਨਾ। ਤਾਂ ਮੈਂ ਕਹਿ ਰਿਹਾ ਸੀ ਕਿ ਜਲਦੀ ਜਲਦੀ ਨਾਲ ਕੰਮ ਨਿਬੜ ਜਾਵੇ ਨਾ, ਥੋੜ੍ਹਾ ਫਿਕਰ ਫਾਕੇ ਤੋਂ ਬਗੈਰ, ਟੈਨਸ਼ਨ ਤੋਂ ਬਗੈਰ, ਫਿਰ ਮੈਂ ਨਾ ਜਿੱਦੇ ਮਰਜ਼ੀ ਫਿਰਦਾ ਰਹਾਂ, ਟੈਨਸ਼ਨ ਕੋਈ ਨਹੀਂ। ਕਪਾਸ ਦੀ ਜਿਹੜੀ ਹੈ ਨਾ ਭਾਈ ਸਾਹਿਬ ਹੋ ਰਹੀ ਹੈ ਚੁਣਾਈ ਵਗੈਰਾ ਸੁਬਹ ਸੁਬਹ। ਬਿਸਮਿਲਲਾਹ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਜੀ, ਗੁੱਡ ਮਾਰਨਿੰਗ। ਅੱਜ ਗੁੱਡ ਮਾਰਨਿੰਗ ਜੀ, ਸੁਬਹ ਤਕਰੀਬਨ 7 ਵੱਜ ਗਏ ਨੇ, ਬੱਚੇ ਅੱਜ ਸਕੂਲ ਨਹੀਂ ਗਏ, ਛੁੱਟੀ ਆ, ਬੇਗਮ ਸਾਹਿਬਾ ਨਾਸ਼ਤਾ ਵਗੈਰਾ ਬਣਾ ਰਹੀ ਹੈ, ਔਰ ਨਾਸ਼ਤਾ ਜਿਹੜਾ ਹੈਗਾ ਨਾ ਅੱਜ ਤੁਹਾਨੂੰ ਬੜੇ ਦਿਨਾਂ ਬਾਅਦ ਦਿਖਾ ਰਿਹਾ, ਕਿਉਂਕਿ ਇੱਕ ਤਾਂ ਜਿਹੜਾ ਹੈਗਾ ਨਾ ਮਿਸਤਰੀ ਅੱਜ ਨਾ 2 ਲੱਗਣੇ ਨੇ, ਔਰ ਸੁਬਹ ਸੁਬਹ ਉੱਠਣ ਦਾ ਅੱਜ ਮੇਰੀ ਵਜ੍ਹਾ ਕੀ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ, ਕਿਉਂਕਿ ਕਾਫੀ ਸਾਰਿਆਂ ਦੇ ਜ਼ਹਿਨ ਵਿੱਚ ਜਾ ਰਿਹਾ ਹੋਵੇਗਾ ਕਿ ਨਵਾਜ਼ ਸਾਹਿਬ ਅੱਜ ਸੁਬਹ ਸੁਬਹ ਕਿਉਂ ਉੱਠਿਆ ਕਰਦਾ। ਪੁੱਛਣਾ ਵੀ ਨਾ ਦਿਮਾਗ ਵਿੱਚ ਗੱਲ ਜਾ ਰਹੀ ਹੋਣੀ ਵੀ ਅੱਜ ਸੁਬਹ 7 ਵਜੇ ਕੀ ਉੱਠ ਕੇ ਕਰ ਰਿਹਾ। ਮੈਂ ਜੀ ਇਸ ਕਰਕੇ ਉੱਠ ਕਰਕੇ ਤਿਆਰ ਤੁਰ ਹੋਇਆ ਹੋਇਆ, ਮੈਂ ਜਾਣਾ ਅੱਜ ਸ਼ਹਿਰ, ਇੱਕ ਤਾਂ ਤੁਹਾਨੂੰ ਕੱਲ੍ਹ ਹੀ ਦੱਸਿਆ ਸੀ, ਇੱਕ ਤਾਂ ਵਾਸ਼ਰੂਮ ਦਾ ਸਮਾਨ ਲੈ ਕੇ ਆਉਣਾ, ਠੀਕ ਹੋ ਗਿਆ, ਔਰ ਦੂਸਰਾ ਆਪਾਂ ਕੜੀਆਂ ਗਾਡਰ ਵੀ ਲੈ ਕੇ ਆਉਣ, ਕਾਫੀ ਸਾਰਾ ਮਸਲ ਜਿਤਨਾ ਘਰ ਦਾ ਸਮਾਨ ਵਗੈਰਾ ਨਾ ਸਾਰਾ ਜ ਲੈ ਕੇ ਜਾਣਾ, ਜਾਣਾ ਹੈ ਜੀ ਸ਼ਹਿਰ। ਅਤੇ ਅੱਜ ਸੁਬਹ ਦਾ ਹੀ ਨਾਸ਼ਤਾ ਦਿਲ ਤਾਂ ਨਹੀਂ ਕਰਦਾ ਪਿਆ ਕਿਉਂਕਿ ਮੈਂ ਸੁਬਹ ਸੁਬਹ ਨਾਸ਼ਤਾ ਕੀਤਾ ਕਦੇ ਨਹੀਂ, ਅਤੇ ਸੁਬਹ ਸੁਬਹ ਦਾ ਮਨ ਜਿਹੜਾ ਹੈਗਾ ਨਾ ਭਰਿਆ ਭਰਿਆ ਹੀ ਲੱਗ ਰਿਹਾ, ਮਸਲ ਭੁੱਖ ਨਹੀਂ ਲੱਗੀ ਹੋਈ, ਪਤਾ ਨਹੀਂ ਕੀ ਚੱਕਰ, ਜੂਸ ਵਗੈਰਾ ਹੀ ਜਿਹੜਾ ਹੈਗਾ ਨਾ ਬਣਾ ਦੇ ਫਿਰ। ਚਲੋ ਐਵੇਂ ਹੀ ਕਰਨੀ, ਉਹ ਮੈਂ ਸੁਬਹ ਨਾਸ਼ਤਾ ਕੀਤਾ ਨਹੀਂ, 12 ਵਜੇ ਕਰਨਾ ਨਾਸ਼ਤਾ, ਤਾਂ ਫਿਰ ਉਹ ਟਾਈਮ ਬਣੇ ਹੋਏ ਨਾ। 12 ਵਜੇ ਤਾਂ ਨਹੀਂ ਕਰਦਾ ਅੱਡੂ, ਐਵੇਂ ਨੇ ਮੇਰੀ ਨਕਾਸੀ ਕਰ, 9-10 ਵਜੇ ਕਰਦਾ ਹੁਣ ਨਾ ਤੂੰ, ਅੱਡੂ 12 ਵਜੇ ਆ ਦਿੱਤੇ ਨੇ ਤੂੰ, ਕਦੇ ਕਦੇ ਹੋ ਜਾਂਦੀ ਨਾ ਲੇਟ, ਕਦੇ ਕਦੇ ਦੀ ਗੱਲ ਕਰਦਾ, ਰੋਜ਼ ਤਾਂ ਨਹੀਂ ਉੱਠਦਾ, ਰੋਜ਼ ਤਾਂ ਮੈਂ ਤਕਰੀਬਨ 9-10 ਵਜੇ ਉੱਠਦਾ ਹੁੰਦਾ ਜ਼ਿਆਦਾਤਰ, ਅੱਜ ਮੈਂ ਜਿਹੜਾ ਹੈਗਾ ਉੱਠਿਆ 7 ਵਜੇ, 2-2.5 ਘੰਟੇ ਪਹਿਲੇ ਉੱਠਿਆ, ਅਤੇ ਇਹਨੇ ਤਾਂ 12 ਹੀ ਵਜਾ ਹੱਤੇ ਨੇ। ਚਲੋ ਅਬਦਰਮਾਨ ਕਰੇ ਹੀ ਹੈ ਨਾ, ਬਸ ਲੈ ਕੇ ਆ ਜਾਵੇਗਾ, ਥੋੜ੍ਹੇ ਜਿਹੇ ਲੈ ਆਵੇ ਨਾ ਜ਼ਿਆਦਾ, ਸ਼ਾਮ ਨੂੰ ਫਿਰ ਇਕੱਠੇ ਵੱਢ ਲਾਂਗੇ, ਸਹੀ ਨਹੀਂ? ਚਲੋ ਜੀ, ਅਗਰ ਦਿਲ ਕੀਤਾ ਤਾਂ ਕਰ ਲਾਂਗੇ ਨਾਸ਼ਤਾ, ਨਹੀਂ ਤਾਂ ਫਿਰ ਜਾ ਕੇ ਸਾਹੀਵਾਲ ਨਾਸ਼ਤਾ ਕਰਾਂਗੇ। ਸੱਤ ਵਜੇ 9-1 ਵਜੇ ਦੁਕਾਨਾਂ ਖੁੱਲਦੀਆਂ ਨੇ, ਮੇਰੀ ਦਿਲ ਦੁਕਾਨਾਂ ਖੁੱਲਣ ਦਾ, ਮੈਂ ਪਹੁੰਚ ਜਾਵਾਂ ਸਮਾਨ ਲੈ ਕੇ ਵਾਪਸ ਗਰਮੀ ਹੋਣ ਤੋਂ ਪਹਿਲੇ ਪਹਿਲੇ, ਕਿਉਂਕਿ ਮੇਰੀ ਦਿਲ ਹੈ ਕਿ ਕਿਉਂਕਿ ਨਾ ਅੱਜ 2 ਮਿਸਤਰੀ ਇਸ ਕਰਕੇ ਹੁਣ, ਇੱਕ ਤਾਂ ਜਿਹੜਾ ਇੱਟਾਂ ਵਗੈਰਾ ਵੀ ਪਤਾ ਕਰਨੇ ਆ ਪੱਠੇ ਤੋਂ, ਪੈਸੇ ਦੇ ਕੇ ਆਇਆ ਸੀ, ਇੱਟਾਂ ਹਾਲੇ ਤੱਕ ਨਹੀਂ ਆਈਆਂ, ਔਰ ਦੂਸਰੀ ਗੱਲ ਇਹ 2 ਮਿਸਤਰੀ ਹੋਣੇ ਨੇ ਅਤੇ ਚੁਣਾਈ ਨਾ ਟਾਈਮ ਨਾਲ ਖਤਮ ਹੋ ਜਾਣੀ ਆ, ਅਤੇ ਉਸ ਤੋਂ ਬਾਅਦ ਫਿਰ ਲੈਂਟਰੀ ਵਾਸ਼ਰੂਮ ਦਾ ਕੰਮ ਕਰਨਾ, ਲੈਟਰੀਨ ਦਾ ਕੰਮ ਕਰਨਾ, ਅਤੇ ਫਰਸ਼ ਵਗੈਰਾ ਵੀ ਰਾਤੀ ਲੱਗ ਲੁੱਗ ਗਿਆ, ਅਤੇ ਛਾਤੀ ਪਾਣੀ, ਛੱਤ ਕੜੀਆਂ ਗਾਡਰ ਹੀ ਹੋਣਗੀਆਂ, ਛੱਤ ਕਿਵੇਂ ਪਾਉਂਗੇ, ਮਿਸਤਰੀ ਵਿਹਲੇ ਬੈਠੇ ਰਹਿਣਗੇ, ਇਸੇ ਕਰਕੇ ਸੁਬਹ ਉੱਠਿਆ
ਕੇ ਫਟਾਫਟ ਜਾ ਕੇ ਕੜੀਆਂ ਗੱਡ ਲੈ ਆਵਾਂਗੇ ਉਹਨਾਂ ਨੇ ਲਿਆ ਕੇ ਅਤੇ ਰੰਗ ਵਗੈਰਾ ਹੀ ਮਾਰਨੀ ਆ ਅਤੇ ਉਹ ਕਾਫੀ ਸਾਰਾ ਕੰਮ ਹੈ ਨਾ ਅਤੇ ਤਾਂ ਕਰਕੇ ਮੈਂ ਚਲੋ ਅੱਜ ਛੱਤ ਪੈ ਜਾਵੇਗੀ। ਅਗਲੇ ਦਿਨ ਅਸੀਂ ਚੁੱਲ੍ਹਾ ਦਿਖਾਇਆ ਅਤੇ ਕਾਫੀ ਸਾਰੇ ਭੈਣਾਂ ਬਾਈ ਕਹਿ ਰਹੇ ਸੀ ਨਵਾਜ਼ ਸਾਹਿਬ ਤੁਸੀਂ ਚੁੱਲ੍ਹਾ ਦਿਖਾਈ ਜਾ ਰਹੇ ਹੋ ਤੁਸੀਂ ਨਵਾਂ ਕਿਉਂ ਨਹੀਂ ਲੈ ਕੇ ਆਉਂਦੇ ਨਵਾਂ ਜੀ ਟਾਈਮ ਨਹੀਂ ਲੱਗਦਾ ਪਿਆ। ਅਸਲ 'ਚ ਮਸਲਾ ਕੀ ਸਾਡੀ ਗਲਤੀ ਕਿ ਘਰ ਵਿੱਚ ਚੁੱਲ੍ਹਾ ਬਣਾਈਏ ਔਰ ਦੂਸਰੀ ਗੱਲ ਇਹ ਕਿ ਇਹਦੇ ਨਾਲ ਦਾ ਜਿਹੜਾ ਲੋਹੇ ਦਾ ਚੁੱਲ੍ਹਾ ਹੈਗਾ ਨਾ ਉਹ ਸਾਹੀਵਾਲ ਚੂ ਹੀ ਮਿਲੇਗਾ। ਸ਼ਾਇਦ ਇੱਥੇ ਕੋਈ ਇੱਕ ਅੱਧੀ ਦੁਕਾਨ ਤੂੰ ਮਿਲ ਜਾਵੇ ਲੇਕਿਨ ਮੈਂ ਪਤਾ ਨਹੀਂ ਕੀਤਾ ਨਹੀਂ ਤਾਂ ਮੈਂ ਇੱਥੋਂ ਲੈ ਕੇ ਆ ਜਾਣਾ ਸੀ ਮੈਨੂੰ ਲੇਕਿਨ ਨਜ਼ਰ ਨਹੀਂ ਆਇਆ ਲੋਹੇ ਦਾ ਚੁੱਲ੍ਹਾ ਨਾ ਇੱਥੋਂ ਫਿਰ ਹੁਣ ਨਜ਼ਰ ਨਹੀਂ ਆਇਆ ਹਾਂਜੀ ਅਤੇ ਇਹ ਲੋਹੇ ਦਾ ਚੁੱਲ੍ਹਾ ਬਣਿਆ ਹੋਇਆ ਮਿੱਟੀ ਦਾ ਨਹੀਂ ਬਣਿਆ ਹੋਇਆ ਨਹੀਂ ਤਾਂ ਉਧਰੋਂ ਲੈ ਕੇ ਅਸੀਂ ਨਾ ਆ ਜਾਈਆ ਅਤੇ ਸਾਹੀਵਾਲ ਤਕਰੀਬਨ ਮਹੀਨਾ ਡੇਢ ਹੋ ਗਿਆ ਮੈਂ ਸਾਹੀਵਾਲ ਤਾਂ ਗਿਆ ਹੀ ਕੋਈ ਨਹੀਂ ਅਤੇ ਇੱਕ ਦੋ ਵਾਰੀ ਗਿਆ ਵੀ ਹਾਂ ਅਤੇ ਬਸ ਨਾ ਜ਼ਹਿਨ 'ਚ ਯਾਦ ਹੀ ਨਹੀਂ ਰਿਹਾ ਨਹੀਂ ਤਾਂ ਲੈ ਕੇ ਆ ਜਾਣਾ ਸੀ ਅਤੇ ਹਕੀਕਤ ਉਹ ਚੁੱਲ੍ਹਾ ਸਾਡਾ ਸਮਝ ਲਓ ਕਿ ਨਾ ਤੁਹਾਡੇ ਸਾਹਮਣੇ ਟੁੱਟਾ ਪਿਆ ਲੇਕਿਨ ਸਾਡਾ ਗੁਜ਼ਾਰਾ ਹੁੰਦਾ ਪਿਆ ਕੋਈ ਨਹੀਂ ਐਡਾ ਮਸਲਾ ਜ਼ਿਆਦਾ ਅਤੇ ਲੇਕਿਨ ਨਵਾਂ ਤਾਂ ਲੈ ਕੇ ਆਉਣਾ। ਅਗਰ ਹੁਣ ਮੈਂ ਅੱਜ ਹੀ ਮੈਂ ਇਕੱਲਾ ਜਾ ਰਿਹਾ ਅਗਰ ਮੇਰਾ ਮਸਲ ਰਕਸ਼ਾ ਵਗੈਰਾ ਜ਼ਹਿਨ ਚ ਆ ਗਈ ਨਕਸ਼ੇ ਤੇ ਰੱਖ ਕੇ ਲਿਆਵਾਂਗੇ ਨਵਾਂ ਉਧਰੋਂ ਚੁੱਲ੍ਹਾ ਇੱਕ ਅਤੇ ਫਿਰ ਬਣਾ ਲਾ ਮੈਨੂੰ ਗੱਲਾਂ ਜ਼ਰੂਰ ਸੁਣਾਉਣੀਆਂ ਨੇ ਅੱਛਾ ਮੈਂ ਮੇਰਾ ਟਾਈਮ ਚੁੱਲ੍ਹੇ ਬਣਾਵਣ ਦਾ ਮੇਰਾ ਟਾਈਮ ਨਹੀਂ ਲੱਗਦਾ ਹਾਂ ਤਾਂ ਮੈਂ ਚੁੱਲ੍ਹੇ ਆਉਣਾ ਹਾਂ ਮੈਂ ਚੁੱਲ੍ਹੇ ਆਉਣਾ ਲੇਕਿਨ ਮੇਰਾ ਚੁੱਲ੍ਹਾ ਬਣਾਵਣ ਦਾ ਟਾਈਮ ਨਹੀਂ ਲੱਗ ਰਿਹਾ। ਅੱਛਾ ਮੈਂ ਨਾ ਚਾਏ ਵਧੇ ਹਾਂ ਚਾਏ ਦੇ ਨਾ ਫਿਰ ਬਾਅਦ ਵਿੱਚ ਵੇਖੀ ਜਾਵੇਗੀ ਜੂਸ ਵਗੈਰਾ ਤੂੰ ਨਾਸ਼ਤਾ ਬਣਾ ਲੈਣਾ। ਪਾਣੀ ਵਾਲਾ ਸਾਡਾ ਜਿਹੜਾ ਹੈਗਾ ਨਾ ਬਾਹਰ ਆਇਆ ਖੜਾ ਅਤੇ ਕੋਈ ਉਹਨੂੰ ਮੈਂ ਸੱਦ ਕੇ ਆਖਿਆ ਤਾ ਹਾਲੇ ਤੱਕ ਕੋਈ ਆਇਆ ਕੋਈ ਨਹੀਂ ਕੈਨ ਵਗੈਰਾ ਕੈਨ ਲਿਆ ਦੇ। ਇੱਕ ਮਿਸਤਰੀ ਤਾਂ ਸਾਡਾ ਘਰ ਦਾ ਹੋ ਗਿਆ ਸਵੇਰ 7 ਵਜੇ ਆ ਜਾਂਦਾ ਦੂਸਰਾ ਮਿਸਤਰੀ ਪ੍ਰਾਈਵੇਟ ਉਹ ਹੁਣ ਜਿਹੜਾ ਹੈਗਾ ਥੋੜ੍ਹਾ ਜਿਹਾ ਲੇਟ ਆਵੇਗਾ। ਇੱਕ ਬਾਈ ਵੀ ਜਿਹੜਾ ਹੈਗਾ ਨਾ ਸਮਝ ਲਓ ਕਿ ਪਿੰਡ ਦਾ ਹੀ ਹੈ ਉਹ ਵੀ ਆ ਗਿਆ ਅਤੇ ਇਬਰਾਰ ਵੀ ਅਤੇ ਬਾਕੀ ਦੂਆ ਮਿਸਤਰੀ ਆਉਣ ਵਾਲਾ ਅਤੇ ਮੈਂ ਗੋਸ਼ ਉਹ ਜਿਹੜੀ ਹੈਗੀ ਨਾ ਕਰ ਲੈਂਦੇ ਨੇ ਫਰੰਟ ਵਾਲੀ ਸਾਈਡ ਇੱਟਾਂ ਜਿਹੜੀਆਂ ਨਾ ਭਾਈ ਸਾਹਿਬ ਇੱਟਾਂ ਹਾਲੇ ਤੱਕ ਕੋਈ ਨਹੀਂ ਆਈਆਂ ਫੋਨ ਕਰਨੇ ਆ ਇੱਟਾਂ ਵਾਲੇ ਨੂੰ ਕਿ ਇੱਟਾਂ ਜਿਹੜੀਆਂ ਹੈਗੀਆਂ ਨੇ ਪਹੁੰਚਾਓ ਇੱਟਾਂ ਪਈਆਂ ਨੇ ਕੁਛ ਇਹ ਪੁਰਾਣੀਆਂ ਸਫਾਈ ਵਗੈਰਾ ਕਰਵਾ ਦਿੱਤੀ ਸੀ ਇਹਨਾਂ ਦੀ ਅਤੇ ਕੁਛ ਥੋੜ੍ਹੀਆਂ ਬਹੁਤੀਆਂ ਉਹ ਦੇਖੋ ਪਈਆਂ ਹੋਈਆਂ ਨੇ ਬਾਹਰ ਮੁਰਗਿਆਂ ਦਾ ਦਿਲ ਕਰਦਾ ਪਿਆ ਕਿ ਸਾਨੂੰ ਨਾ ਬਾਹਰ ਕੱਢ ਦੇਵਣ ਲੇਕਿਨ ਇਹਨਾਂ ਨੂੰ ਦੁਪਹਿਰ ਟਾਈਮ ਬਾਹਰ ਕੱਢਾਂਗੇ। ਸੁਬੋ ਸੁਬੋ ਅੱਜ ਦੇਖੋ ਨਾ ਸੂਰਜ ਮੱਧਮ ਲੱਗਦਾ ਪਿਆ ਜਿਵੇਂ ਨਾ ਸਰਦੀਆਂ ਦਾ ਸੂਰਜ ਨਿਕਲਿਆ ਹੋਵੇ। ਹੁਣ ਗਰਮੀ ਦੀ ਜਿਹੜੀ ਕੁਆਲਿਟੀ ਹੈ ਨਾ ਕਾਫੀ ਜ਼ਿਆਦਾ ਗਰਮੀ ਦੀ ਕੁਆਲਿਟੀ ਡਾਊਨ ਹੋ ਚੁੱਕੀ ਹੈ। ਸੁਬਹ ਸੁਬਹ ਮਹਿਸੂਸ ਨਹੀਂ ਹੁੰਦਾ ਪਿਆ ਸੂਰਜ ਨਿਕਲ ਠੰਡੀ ਠੰਡੀ ਛਾਂ ਹੈ ਅਤੇ ਥੋੜ੍ਹੀ ਥੋੜ੍ਹੀ ਹਵਾ ਚੱਲੀ ਹੋਈ ਠੰਡੀ ਮਿੱਠੀ ਮੌਸਮ ਸੁਬਹ ਸੁਬਹ ਦੇਖਿਆ ਨਾ ਮੈਂ ਬਾਹਰ ਨਿਕਲ ਕੇ ਰੂਮ ਵਗੈਰਾ ਚੁੱਕ ਰਿਹਾ ਮੈਂ ਦੇਖਿਆ ਨਾ ਗਾਹ ਵਗੈਰਾ 'ਤੇ ਨਾ ਤਰੇਲ ਜੰਮੀ ਹੋਈ ਸੀ ਅਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਤਰੇਲ ਹੈ ਪਈ ਹੋਈ ਆ ਦੇਖੋ ਨਾ ਸ਼ਬਨਮ ਵਗੈਰਾ ਕਾਫੀ ਜ਼ਿਆਦਾ ਪਈ ਹੋਈ ਆ। ਸਾਰੇ ਦੇ ਸਾਰੇ ਬੂਟਿਆਂ ਨੂੰ ਬਾਰਿਸ਼ ਆਉਂਦੀਆਂ ਨਹੀਂ ਅਤੇ ਇਹਨਾਂ ਨੂੰ ਪਾਣੀ ਲਾਇਆ ਕਿਉਂ ਸੀ ਕੱਲ੍ਹ ਇਹਨਾਂ ਸਾਰੇ ਬੂਟਿਆਂ ਨੂੰ ਲਾ ਦਿੱਤਾ ਪਾਣੀ ਅਤੇ ਕਿਉਂਕਿ ਇਹਨਾਂ ਦੇ ਵਿੱਚ ਨਾ ਹੁਣ ਗਾਹ ਵਗੈਰਾ ਹੈ ਇਹ ਪੱਟਾਂਗੇ ਅਤੇ ਇਹਨਾਂ ਨਾਲ ਦੇ ਨਾਲ ਨਾ ਖਾਦ ਵਗੈਰਾ ਦੇਵਾਂਗੇ ਤਾਂ ਕਿ ਜਿਹੜੇ ਦੁਬਾਰਾ ਲੱਗੇ ਸੀ ਨਾ ਅਨਾਰ ਪਹਿਲੇ ਵਾਲੇ ਅਨਾਰ ਅਤੇ ਆਸਤਾ ਆਸਤਾ ਪੱਟ ਕੇ ਸਾਰੇ ਖਾ ਗਏ ਜਿਹੜੇ ਲੱਗੇ ਹੋਏ ਸੀ ਹੁਣ ਜਿਹੜੇ ਦੁਬਾਰਾ ਲੱਗੇ ਹੋਏ ਨਾ ਛੋਟੇ ਛੋਟੇ ਆ ਦੇਖੋ ਨਾ ਇਹ ਵੱਡੇ ਹੋਣਗੇ ਨਾ ਇਹਨਾਂ ਨੂੰ ਪਾਣੀ ਜਾਂ ਖਾਦ ਵਗੈਰਾ ਦਿੱਤਾ ਅਤੇ ਇਹ ਦੇਖੋ ਨਾ ਹੁਣ ਲੱਗੀ ਜਾਂਦੇ ਨੇ ਦੁਬਾਰਾ। ਇਹਨਾਂ ਨੂੰ ਕੱਲ੍ਹ ਨਾ ਅੱਛੀ ਤਰੀਕੇ ਪਾਣੀ ਲਾਇਆ ਸੀ ਬੂਟਿਆਂ ਨੂੰ ਕਿਉਂਕਿ ਹੁਣ ਮਾਸ਼ਾਅੱਲਾ ਨਾ ਅੱਛੇ ਬੜੇ ਗਰੋ ਕਰਦੇ ਪਏ ਨੇ ਇਹ ਸਾਰੀਆਂ ਨਵੀਆਂ ਸ਼ਾਖਾਂ ਫੁੱਟੀਆਂ ਹੋਈਆਂ ਨੇ ਇਹ ਦੇਖੋ ਨਾ ਪਹਿਲੇ ਸਾਰੀਆਂ ਮੁਝ ਆ ਗਈਆਂ ਸੀ ਲੇਕਿਨ ਹੁਣ ਨਾ ਇਹ ਦੇਖੋ
ਬਹੁਤ ਸੁਬੋਹ ਲੱਗਦਾ ਹੈ ਪੱਠੇ 'ਤੇ ਜਿਹੜਾ ਹੈਗਾ ਨਾ ਜਾਣਾ ਪੈਣਾ, ਦਿਲ 'ਤੇ ਮੇਰੀ ਨਹੀਂ ਕਰਦੀ ਖੁਸ਼ੀ ਲੇਕਰ ਦਾ ਹੋਰ ਧਿਆਨ ਹੈ, ਕਿਉਂਕਿ ਅਗਰ ਗਏ ਨਾ ਨਾ ਪੈਸੇ ਉਹਨਾਂ ਨੇ ਸਾਰੇ ਦੇ ਦਿੱਤੇ ਨੇ ਇੱਟ ਆਪਣੀ ਉੱਧਰ ਜਿਹੜੀ ਨੇ ਤਕਰੀਬਨ 2000 ਇੱਟ ਖੜੀ ਹੋਈ ਆ ਅਤੇ 2000 ਤੋਂ ਹੀ ਘੱਟ ਇੱਟ ਇੱਥੇ ਹਾਲੇ ਤੱਕ ਨਾ ਲੱਗਣੀ ਆ, ਅਤੇ ਜਾਂਦੇ ਹਾਂ ਫਟਾਫਟ ਨਾ ਇੱਟਾਂ ਲੈ ਕੇ ਆਉਂਦੇ ਹਾਂ ਕਿਉਂਕਿ ਦੂਸਰਾ ਮਿਸਤਰੀ ਵੀ ਆਉਣ ਵਾਲਾ, ਅਤੇ ਫਿਰ ਥੋੜ੍ਹਾ ਜਲਦੀ ਜਲਦੀ ਕਿਉਂਕਿ ਇੱਟਾਂ ਤਰਾਈ ਵਗੈਰਾ ਵੀ ਕਰਨੀਆਂ ਮੇਰੀ ਦੇ ਨੇ ਇੱਟਾਂ ਵਗੈਰਾ ਲੈ ਕੇ ਆਉਣ ਦੇ ਕੇ ਨਾ, ਅਤੇ ਫਿਰ ਜਿਹੜਾ ਨਿਕਲਦੇ ਹਾਂ ਸ਼ਾਇਦ। ਦਾੜੀ ਮੇਰੀ ਥੋੜ੍ਹੀ ਬਹੁਤੀ ਵੱਡੀ ਨਹੀਂ ਹੋਊਗੀ ਵੈਸੇ, ਅੱਜ ਨਾ ਸੈੱਟ ਕਰਵਾ ਕੇ ਆਉਂਦੇ ਮੈਨੂੰ ਇਹਦੀ, ਮੈਂ ਵੇਖਿਆ ਕਿਉਂਕਿ ਸ਼ੀਸ਼ਾ ਵਗੈਰਾ ਵੇਖਿਆ, ਮੈਂ ਵੀ ਕੋਈ ਨਹੀਂ, ਮੈਂ ਵੀ ਰਾਤੀ ਇੱਕ ਦੋਸਤ ਥੱਲੇ ਗਿਆ ਅਤੇ ਉਹਨੇ ਦੱਸਿਆ ਕਿ ਨਵਾਜ਼ ਬਈ ਦਾੜੀ ਵੱਡੀ ਵੱਡੀ ਵੀ ਥੋੜ੍ਹਾ ਸੈਟਿੰਗ ਵੈਟਿੰਗ ਜਿਹੜੀ ਨਾ ਪਹਿਲੇ ਕਰਵਾਉਂਦੇ ਹਾਂ ਜਾ ਕੇ। ਪੱਠੇ ਤੋਂ ਹੋ ਕੇ ਮੈਂ ਵਾਪਸ ਆ ਗਿਆ, ਇੱਟਾਂ ਜਿਹੜੀਆਂ ਨਾ ਹਾਲੇ ਤੱਕ ਉਹਨਾਂ ਨੇ ਭੇਜੀਆਂ ਸੀ, ਉਹਨਾਂ ਕਿਹਾ ਵੇਚ ਦਿੰਦੇ ਹਾਂ ਚਲਾ ਜਾ, ਅਤੇ ਹਾਲੇ ਤੱਕ ਇੱਟਾਂ ਜਿਹੜੀਆਂ ਨਹੀਂ ਆਈਆਂ। ਅੱਬੂ ਨੂੰ ਦੁਬਾਰਾ ਭੇਜਿਆ ਮੈਂ ਕਿਹਾ ਪਤਾ ਕਰਕੇ ਆ, ਕਿਉਂਕਿ ਇੱਟਾਂ ਜਿਹੜੀਆਂ ਦੋ ਮਿਸਤਰੀ ਲੱਗੇ ਹੋਏ ਨਾ ਅਤੇ ਇੱਟਾਂ ਤਕਰੀਬਨ ਤਕਰੀਬਨ ਖਤਮ ਹੋਣ ਵਾਲੀਆਂ ਨੇ, ਅਤੇ ਬਾਕੀ ਛੱਤ ਦਾ ਸਮਾਨ ਜਿਹੜਾ ਹੈਗਾ ਨਾ ਉਹ ਵੀ ਸਾਡਾ ਹੁਣ ਲੈ ਕੇ ਆਉਣਾ, ਅਤੇ ਕੁਛ ਸਮਾਨ ਜਿਹੜਾ ਹੈਗਾ ਨਾ ਪਹੁੰਚ ਗਿਆ, ਜਿਸ ਤਰ੍ਹਾਂ ਇੱਟਾਂ ਵਗੈਰਾ ਪਹੁੰਚ ਚੁੱਕੀਆਂ ਨੇ ਛੱਤ ਵਾਲੀਆਂ। ਸ਼ਾਬਾ ਸ਼ਾਬਾ ਸ਼ਾਬਾ, ਕਦੇ ਜ਼ਿੰਦਗੀ ਦੇ ਵਿੱਚ ਮੈਂ ਵੀ ਰਿਕਸ਼ਾ ਚਲਾ ਕੇ ਇੱਟਾਂ ਦੇ ਲੋਡ ਕਰਦਾ ਹੁੰਦਾ ਸੀ। ਇਹ ਬੰਦਾ ਨਾ ਮੇਰੀ ਟੀਮ ਦਾ ਹੈ, ਕਦੇ ਕਿਸੇ ਦੌਰ ਦੇ ਵਿੱਚ ਸਮਝ ਲਓ ਕਿ ਨਾ ਇਹਦਾ ਵੀ ਰਿਕਸ਼ਾ ਹੁੰਦਾ ਸੀ, ਮੇਰਾ ਵੀ ਰਿਕਸ਼ਾ ਹੁੰਦਾ ਸੀ, ਕਾਫੀ ਸਾਰੇ ਜਿੰਨੇ ਮਜ਼ੇ ਦੀ ਗੱਲ ਹੈ ਕਿ ਜਿਤਨੇ ਕੁ ਸਮਾਨ ਵਗੈਰਾ ਲੈਣ ਦੇਣ ਨਾ ਘਰ ਮੇਰੇ ਦਾ, ਤਕਰੀਬਨ ਅਸੀਂ ਸਾਰਿਆਂ ਨੇ ਰਲ ਮਿਲ ਕੇ ਰਿਕਸ਼ਾ ਵਗੈਰਾ ਚਲਾਇਆ, ਅਤੇ ਇਹਨੂੰ ਮੈਂ ਕਿਹਾ ਸੀ ਮੈਂ ਚੈਨਲ ਚੁਣਨ ਬਣਾ, ਕਹਿੰਦਾ ਮੈਨੂੰ ਸਮਝ ਨਹੀਂ ਹੈ ਹੁਣ ਮੈਂ ਕਰਨਾ ਕੀ ਆ, ਕਰਨਾ ਕੁਛ ਵੀ ਨਹੀਂ ਆ, ਬਹੁਤ ਜ਼ਿਆਦਾ ਮਿਹਨਤ ਕਰਨੀ ਹੈ, ਇੱਟਾਂ ਢੋਵਣ ਨਾਲ ਵੀ ਜ਼ਿਆਦਾ ਮਿਹਨਤ ਹੈ, ਦਿਮਾਗ ਖਰਚਣਾ ਹੈ। ਮਿਸਤਰੀ ਨੂੰ ਚੈਨਲ ਬਣਾ ਕੇ ਦੇਊਂ ਮੈਂ, ਇਹਨੂੰ ਚੈਨਲ ਬਣਾ ਕੇ ਦੇਊਂ ਤਾਂ ਨਵੇਂ ਮਿਸਤਰੀ ਨੂੰ ਚੈਨਲ ਬਣਾ ਕੇ ਦੇਊਂ, ਤਾਂ ਇਬਰਾਰ ਨੂੰ ਚੈਨਲ ਬਣਾ ਕੇ ਦੇਊਂ ਮੈਂ, ਇਹਨਾਂ ਨੂੰ ਮੈਂ ਆਖਿਆ ਮੋਬਾਈਲ ਲਓ ਚੈਨਲ ਬਣਾਓ, ਕੀ ਖਿਆਲ ਹੈ ਮਿਸਤਰੀ? ਹਾਂ ਬਣਾਓ ਚੈਨਲ, ਵੇਖੀ ਜਾ ਸੀ। ਅਬਦੁਲ ਰਹਿਮਾਨ ਸਾਹਿਬ ਨੂੰ ਭੇਜਿਆ, ਉਹ ਜਿਹੜੇ ਉਹਦੇ ਮੁਰਗੇ 'ਚ ਰੱਖੇ ਹੋਏ ਨਾ ਫੈਂਸੀ ਜੇ, ਉਹਨਾਂ ਵਾਸਤੇ ਮੈਂ ਨਾ ਗਿਡੋਵੇ ਫੜ ਕੇ ਲਿਆਓ, ਕੀੜੇ ਜੇ ਉਹ ਖਾ ਲਏ ਵੀ ਜਦੋਂ ਨਾ ਫੜਨ ਗਏ ਹੋਏ ਨੇ। ਤੂੰ ਨਹੀਂ ਜਾਣਾ ਪਿੱਛੇ, ਚੱਲ ਆ ਜਾ, ਚੱਲ ਸ਼ਾਬਾਸ਼, ਚੱਲ ਆ ਜਾ, ਆ ਜਾ, ਚੱਲ ਆ ਜਾ ਇੱਧਰ। ਤੁਹਾਡੇ ਸਾਰਿਆਂ ਕੋਲ ਨਾ ਮੈਂ ਇੱਕ ਬੜਾ ਪਰਸਨਲ ਮਸ਼ਵਰਾ ਜਿਹੜਾ ਹੈਗਾ ਨਾ ਲੈਣਾ ਚਾਹ ਰਿਹਾ, ਮੈਨੂੰ ਮਸ਼ਵਰਾ ਦਿਓ, ਕਿਉਂਕਿ ਮੈਂ ਸੋਚੀ ਬੈਠਾ ਲੇਕਿਨ ਤੁਹਾਡੇ ਕੋਲ ਨਾ ਮਸ਼ਵਰਾ ਲੈਣਾ ਚਾਹ ਰਿਹਾ। ਅਗਰ ਕੋਈ ਪਰਸਨਲ ਮੈਸਨ ਜਿਹਨਾਂ ਨੂੰ ਵਟਸਐਪ ਨੰਬਰ ਦਿੱਤਾ ਗਿਆ ਉਹ ਕੋਈ ਵਲੌਗ ਦੇਖ ਰਿਹਾ, ਉਹ ਮੈਨੂੰ ਮਸ਼ਵਰਾ ਦੇ ਦੇਵੇ ਅੱਛੀ ਤਰੀਕੇ। ਗੱਲ ਬੜੀ ਸੀਰੀਅਸ ਹੈ, ਠੀਕ ਇਸੇ ਕਰਕੇ ਮੈਂ ਅੱਛੀ ਤਰੀਕੇ ਉੱਪਰ ਆ ਕੇ ਬੈਠਾ, ਅਤੇ ਸ਼ੋਰ ਵਗੈਰਾ ਕੋਈ ਥੱਲੇ ਤੋਤਿਆਂ ਨੇ ਸ਼ੋਰ ਪਾਇਆ ਹੋਇਆ, ਬੱਚਿਆਂ ਦਾ ਸ਼ੋਰ ਹੈ। ਹੁਣ ਮੈਂ ਤੁਹਾਨੂੰ ਅਸਲ ਮੇਨ ਗੱਲ ਦੱਸਣਾ, ਅੱਗੇ ਜਿਵੇਂ ਮਿਸਤਰੀ ਹੋਰਾਂ ਨੇ ਮੈਂ ਕਹਿ ਰਿਹਾ ਸੀ ਕਿ ਮੈਂ ਹਨ ਚੈਨਲ ਵਗੈਰਾ, ਮੈਂ ਹੁਣ ਸੋਚ ਰਿਹਾ ਕਿਉਂਕਿ ਅੱਗੇ ਮੈਂ ਚੈਨਲ ਜਦੋਂ ਬਣਾਇਆ ਸੀ ਨਾ ਕਾਫੀ ਸਾਰੇ ਰਿਸ਼ਤੇਦਾਰਾਂ ਨੂੰ ਵੀ, ਕੁਛ ਬੇਲੀ ਦੋਸਤ, ਕੁਛ ਮਸਲ ਜਿਹੜੇ ਨਹੀਂ ਹੈਗੇ ਸੀ ਬਸ ਰਿਸ਼ਤੇ, ਉਹਨਾਂ ਨੂੰ ਕਮ ਅਜ਼ ਕਮ ਕੋਈ ਨਾ 20-25-30 ਚੈਨਲ ਮੈਂ ਨਾ ਪ੍ਰਮੋਟ ਕੀਤਾ ਸੀ, ਠੀਕ ਹੈ। ਉਹਨਾਂ ਦਾ ਰੋਜ਼ਗਾਰ ਚੱਲ ਗਿਆ, ਅੱਲਾ ਉਹਨਾਂ ਨੇ ਇਸ ਵੀ ਗਣਾ ਦੇਵੇ, ਮੈਂ ਨਹੀਂ ਕਹਿੰਦਾ, ਠੀਕ ਆ। ਲੇਕਿਨ ਨਾ ਹੁਣ ਮੈਂ ਸੋਚ ਰਿਹਾ ਕਿ ਯਾਰ ਅੱਛੀ ਤਕਰੀਬਨ ਮੇਰੇ ਨਾਲ ਕਿਸੇ ਨਹੀਂ ਕੀਤੀ, ਠੀਕ ਹੈ, ਮੈਂ ਸਾਰਿਆਂ ਦਾ ਭਲਾ ਕੀਤਾ ਲੇਕਿਨ ਮੈਨੂੰ ਕੁਛ ਮਿਲਿਆ ਨਹੀਂ, ਅਤੇ ਸਿਵਾਏ ਧੋਖੇ ਦੇ, ਸਿਵਾਏ ਗੱਲਾਂ ਸੁਣਨ ਦੇ, ਠੀਕ ਹੈ, ਕੁਛ ਵੀ ਨਹੀਂ ਮਿਲਿਆ। ਹੁਣ ਮੈਂ ਇਹ ਸੋਚ ਰਿਹਾ ਕਿ ਚੱਲ ਯਾਰ ਜੋ ਹੋ ਗਿਆ ਹੋ ਗਿਆ, ਅੱਲਾ ਪਾਕ ਤਾਂ ਦੇਖਦਾ ਪਿਆ ਨਾ, ਇਸ ਚੀਜ਼ ਦਾ ਸਿਲਾ ਮੈਨੂੰ ਅੱਲਾ ਪਾਕ ਦੀ ਯਾਦ ਦੇਵੇਗੀ, ਠੀਕ ਆ। ਮੈਂ ਅਗਰ ਕਿਸੇ ਦਾ ਭਲਾ ਕੀਤਾ ਹੈ ਨਾ ਤਾਂ ਅੱਲਾ ਪਾਕ ਦੇਖਦਾ ਪਿਆ, ਠੀਕ ਆ। ਹੁਣ ਮੈਂ ਇਹ ਸੋਚ ਰਿਹਾ, ਅਸਲ ਮਸ਼ਵਰਾ ਜਿਹੜਾ ਮੈਂ ਤੁਹਾਡੇ ਕੋਲ ਇਹ ਲੈਣਾ ਚਾਹ ਰਿਹਾ ਕਿ ਮੈਂ ਨਾ ਕੁਛ ਇੱਥੇ ਸਾਡੇ ਪਿੰਡ ਦੇ ਵਿੱਚ, ਇਸ ਇਲਾਕੇ ਦੇ ਵਿੱਚ ਵੀ ਚੈਨਲ ਨੇ, ਠੀਕ ਆ। ਉਸ ਤੋਂ ਇਲਾਵਾ ਕੁਛ ਲੋਕ ਮਸਲ ਜਿਹੜੇ ਜ਼ਰੂਰਤਮੰਦ ਨੇ, ਜਿਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ, ਮਿਹਨਤ ਮਜ਼ਦੂਰੀ ਕਰਨ ਵਾਲੇ ਆ, ਠੀਕ ਹੈ, ਇੱਥੇ ਕੋਈ ਮਸਲ ਆਂਢ ਗੁਆਂਢ ਜਿਨ੍ਹਾਂ ਨੂੰ ਕੋਈ ਚੈਨਲ ਬਣਾਇਆ ਹੋਇਆ, ਕੋਈ 5-7 ਬੰਦੇ 10 ਬੰਦੇ ਬਣ ਜਾਵਣਗੇ, ਇੰਨੇ ਹੋਵਣਗੇ, ਸੋਚ ਰਿਹਾ ਕਿ ਉਹਨਾਂ ਦੀ ਜਿਹੜੀ ਇੰਨਾ ਪ੍ਰਮੋਸ਼ਨ ਕਰਨੇ ਆ,
ਸੀ ਕਿ ਮੈਂ ਵਿੱਚੋਂ ਲੈਣਾ ਤਾਂ ਕੋਈ ਨਹੀਂ ਕਿਸੇ ਕੋਲ, ਨਾ ਕਿਸੇ ਕੋਲ ਪੈਸਾ ਲੈਣਾ, ਖੁਦਾ ਤਰਸੀ ਅੱਲਾ ਵਾਸਤੇ ਕਰਕੇ ਚਲੋ ਕਿਸੇ ਦਾ ਕੋਈ ਰੋਜ਼ਗਾਰ ਚੱਲ ਜਾਵੇਗਾ, ਠੀਕ ਆ। ਸੋਚ ਰਿਹਾ ਕਿ ਤੁਸੀਂ ਦੱਸੋ ਕਿ ਕੁਛ ਰਿਸ਼ਤੇਦਾਰ ਵੀ ਨੇ, ਮਸਲ ਇੱਕ ਦੋ ਘਰ ਰਿਸ਼ਤੇਦਾਰ ਵੀ ਨੇ ਉਹਨਾਂ ਦੀ, ਮਸਲ ਹਾਲੇ ਕੁਛ ਰਿਸ਼ਤੇਦਾਰ ਐਸੇ ਰਹਿੰਦੇ ਨੇ ਜਿਹਨਾਂ ਦੀ ਪ੍ਰਮੋਸ਼ਨ ਹਾਲੇ ਤੱਕ ਨਾ ਨਹੀਂ ਕੀਤੀ, ਠੀਕ ਹੈ। ਅਤੇ ਸੋਚ ਰਿਹਾ ਚਲੋ ਉਹਨਾਂ ਦੀ ਵੀ ਪ੍ਰਮੋਸ਼ਨ ਵਗੈਰਾ ਕਰ ਦਿੰਦੇ ਹਾਂ ਜਿੱਥੇ ਪਹਿਲੇ, ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੇ ਪਹਿਲੇ ਵਾਲੇ ਸੀ ਨਾ 20-25 ਬੰਦੇ, ਉਹ ਨਾ ਹੁਣ ਕਾਫੀ ਰੱਜ ਗਏ ਨੇ, ਕਾਫੀ ਉਹਨਾਂ ਕੋਲ ਨਾ ਪੈਸਾ ਕਾਫੀ ਕੋਈ ਇਜ਼ਾਫੀ ਕੋਈ ਜ਼ਿਆਦਾ ਹੀ ਆ ਗਿਆ, ਠੀਕ ਆ। ਅਤੇ ਮੈਂ ਸੋਚ ਰਿਹਾ ਚਲੋ ਉਹ ਤਾਂ ਹੁਣ ਰੱਜ ਗਏ ਨੇ, ਹੁਣ ਕੁਛ ਜਿਹੜੇ ਬੰਦੇ ਰਹਿੰਦੇ ਨੇ ਨਾ, ਮੈਂ ਅਸਲ 'ਤੇ ਉਹਨਾਂ ਦੀ ਪ੍ਰਮੋਸ਼ਨ ਇਸ ਕਰਕੇ ਨਹੀਂ ਕਰ ਰਿਹਾ ਸੀ ਕਿਉਂਕਿ ਮੈਂ ਨਾ ਡਰਿਆ ਹੋਇਆ, ਕਿਉਂਕਿ ਪਹਿਲੇ ਵਾਲੇ ਧੋਖਾ ਫਰੇਬ ਕੁਛ ਵੀ ਨਹੀਂ ਮਿਲਿਆ ਮੈਨੂੰ, ਮਸਲ ਕੋਈ ਫਾਇਦਾ ਹਾਸਿਲ ਨਹੀਂ ਹੋਇਆ। ਸ਼ਾਇਦ ਅਗਾਂਹ ਅੱਲਾ ਦੀ ਜ਼ਾਤ ਅਗਲੇ ਜਾਨ ਮੈਨੂੰ ਕੋਈ ਉਸ ਚੀਜ਼ ਦਾ ਫਾਇਦਾ ਦੇਵੇ, ਇਸ ਜਾਨ 'ਤੇ ਨਹੀਂ ਮਿਲਿਆ, ਸਿੱਧੀ ਗੱਲ ਹੈ। ਅਤੇ ਲੇਕਿਨ ਮੈਂ ਸੋਚ ਰਿਹਾ ਕਿ ਨਵੇਂ ਕੁਛ ਕਰਨੇ, ਜ਼ਰੂਰਤਮੰਦ ਨੇ, ਮੈਂ ਕਾਫੀ ਦੇਖੇ ਨੇ ਅਗਾਂਹ ਚੜ੍ਹ ਕੇ, ਅਗਰ ਤੁਸੀਂ ਕਿਹਾ ਕਿ ਮੈਂ ਕਰਾਂ ਅਤੇ ਫਿਰ ਐਸਾ ਕੋਈ ਕੰਮ ਕਰਾਂਗਾ, ਤੁਹਾਨੂੰ ਉਹਨਾਂ ਦੇ ਘਰ ਦੇਖ ਕੇ ਜਾਂ ਉਹਨਾਂ ਦੇ ਬੱਚੇ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਯਾਰ ਨਵਾਜ਼ ਭਾਈ ਤੁਸੀਂ ਅੱਛਾ ਕੀਤਾ, ਕਾਫੀ ਜ਼ਰੂਰਤਮੰਦ ਸੀ, ਠੀਕ ਆ। ਅਤੇ ਉਹ ਮੈਨੂੰ ਅਹਿਸਾਸ ਹੁੰਦਾ ਯਾਰ ਨਾ, ਬੰਦਾ ਦਿਲੋਂ ਜਿਵੇਂ ਨਾ ਮਜਬੂਰ ਹੋ ਜਾਂਦਾ ਕਿ ਯਾਰ ਚੱਲ ਕਰੀਏ, ਲੇਕਿਨ ਨਾ ਦਿਲ ਜਿਹੜਾ ਹੈਗਾ ਨਾ ਸਮੇਂ ਲੋਕ ਦਿਮਾਗ ਆਉਂਦਾ ਨਹੀਂ ਅੱਗੇ ਤੂੰ ਸਿੱਖਿਆ ਨਹੀਂ ਹੈ, ਅੱਗੇ ਤੇ ਨਾ ਹੋਈ ਨਹੀਂ ਹੈ ਤੂੰ ਜਿਹੜਾ ਨਾ ਹਾਲੇ ਅੱਗੇ ਅੱਗੇ ਹੈ। ਅਤੇ ਲੇਕਿਨ ਹੁਣ ਮਸ਼ਵਰਾ ਦਿਓ ਕੀ ਕਰਨਾ ਚਾਹੀਦਾ, ਬਾਕੀ ਵਿਲਾਕ ਕਰਦੇ ਹਾਂ ਖਤਮ। ਉਹ ਨਾ ਹੋਵੇ ਕਿ ਮੈਂ ਲੋਕਾਂ ਦੀ ਪ੍ਰਮੋਸ਼ਨ ਕਰਾਂ ਤਾਂ ਉਹ ਫਿਰ ਉਹ ਇਹ ਬੰਦੇ ਵੀ ਸਾਰੇ ਮੇਰੇ ਦੁਸ਼ਮਣ ਬਣ ਜਾਣ। ਬਾਕੀ ਚਲੋ ਯਾਰ ਕੋਈ ਨਹੀਂ, ਖੈਰ ਅੱਲਾ ਬਿਹਤਰ ਕਰੇਗਾ ਜੋ ਵੀ ਹੋਵੇਗਾ, ਠੀਕ ਆ। ਅਤੇ ਬਾਕੀ ਮੈਂ ਆਪਣੀ ਨਾ ਅੱਜ ਨਾ ਬੜਾ ਅਹਿਸਾਸ ਹੋਇਆ, ਅੱਜ ਨਾ ਮੈਨੂੰ ਇੱਕ ਬੰਦੇ ਨੇ ਰੋਕਿਆ ਨਾ, ਅਤੇ ਉਹਦੇ ਨਾਲ ਘਰ ਦੇ ਕਾਫੀ ਹਾਲਾਤ ਨਾ ਖਰਾਬ ਸੀ, ਅਤੇ ਮੈਨੂੰ ਬੜਾ ਅਹਿਸਾਸ ਹੋਇਆ, ਮੈਂ ਯਾਰ ਨਾ ਮਰ ਤੇ ਰੱਬੀ ਜਾਣਾ ਹੀ ਆ, ਜਿੱਥੇ ਅੱਗੇ ਇਤਨਾ ਜ਼ਲੀਲ ਹੋ ਗਿਆ ਕੱਲ੍ਹ ਨੂੰ ਇਹਨਾਂ ਨੇ ਵੀ ਜ਼ਲੀਲ ਕਰ ਦਿੱਤਾ ਤਾਂ ਕੀ ਫਰਕ ਪੈਂਦਾ।